ਸ਼ਰਾਧ, ਹਾਂ ਬੀਬੀਆਂ ਨੂੰ ਸਾਰਾ ਪਤਾ। ਦੇਖੋ ਸ਼ਰਾਧ ਚੱਲ ਰਹੇ ਆ, ਹੈ ਨਾ। ਹਾਂ, ਕਿੰਨੀਆਂ ਬੀਬੀਆਂ ਨੇ ਜਿਨ੍ਹਾਂ ਨੇ ਸ਼ਰਾਧ ਪਾਏ ਆ? ਸਾਰਿਆਂ ਨੇ ਪਾਏ ਆ। ਇਹਦੇ ਪਰਸਾਏ ਧੰਨ ਧੰਨ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਦੀ ਬਾਣੀ ਤੇ ਸਤਿਗੁਰ ਕਬੀਰ ਪਤਾ ਕੀ ਲਿਖਦੇ ਆ? ਸਤਿਗੁਰ ਕਬੀਰ ਲਿਖਦੇ ਆ, ਕਹਿੰਦੇ ਜਿਉਂ ਦੇ ਪਿੱਤਰ ਨਾ ਮਾਨੇ ਕੋਈ, ਉਹ ਮੋਇਆ ਸ਼ਰਾਧ ਕਰਾਈ। ਕਹਿੰਦੇ ਜਿਉਂਦੇ ਮਾਤਾ ਪਿਤਾ ਨੂੰ ਕੋਈ ਪਾਣੀ ਦੀ ਘੁੱਟ ਨਹੀਂ ਪੁੱਛਦਾ ਜਦੋਂ ਮਰ ਗਿਆ, ਆਹਾ ਸਾਲ ਬਾਅਦ ਫਿਰ ਖੀਰ ਪੂੜਿਆਂ ਦਾ ਲੰਗਰ ਲਾ ਕੇ ਕੋਠੇ 'ਤੇ ਬੁਲਾਉਣਗੇ, ਬਾਪੂ ਨੂੰ ਬਾਜਾਂ ਦੇਣਗੇ, ਆਹ ਬਾਪੂ ਹੁਣ ਖੀਰ ਬਣਾਈ ਹੈ, ਸ਼ਰਾਧ ਪਾਉਣ ਲੱਗੇ ਹਾਂ ਤੇਰਾ। ਸਤਿਗੁਰ ਕਬੀਰ ਜੀ ਇਹਦੇ ਪਰਥਾਏ, ਤੁਹਾਨੂੰ ਇੱਕ ਛੋਟੀ ਜੀ ਬੀਬੀਆਂ ਨੂੰ ਬੇਨਤੀ ਹੈ, ਧਿਆਨ ਨਾਲ ਸੁਣੋ, ਇੱਕ ਛੋਟੀ ਜੀ ਗੱਲ ਸੁਣਾਉਂਦੇ ਹਾਂ। ਸਤਿਗੁਰ ਕਬੀਰ ਜੀ ਇੱਕ ਬਹੁਤ ਵੱਡੇ ਰਹਿਬਰ ਹੋਏ ਹੈ, ਜਾਣਦੇ ਹੋ ਸਤਿਗੁਰ ਕਬੀਰ ਬਾਰੇ? ਸਾਰੇ ਬਹੁਤ ਵੱਡੇ ਰਹਿਬਰ ਹੋਏ ਆ। ਉਹਨਾਂ ਦੇ ਗੁਰੂ ਸੀਗੇ ਰਾਮਾਨੰਦ। ਰਾਮਾਨੰਦ ਵੀ ਇੱਕ ਗੁਣੀ ਗਿਆਨੀ ਪੰਡਿਤ ਸੀਗਾ, ਗੁਣੀ ਗਿਆਨੀ ਸੀਗਾ। ਤਾਂ ਸਤਿਗੁਰ ਕਬੀਰ ਜੀ ਨੂੰ ਇੱਕ ਦਿਨ ਰਾਮਾਨੰਦ ਕਹਿਣ ਲੱਗੇ, ਕਹਿੰਦੇ ਕਬੀਰ, ਕਹਿੰਦੇ ਜਾ ਦੁੱਧ ਲੈ ਕੇ ਆ, ਗਜਾ ਕਰਕੇ ਦੁੱਧ ਲੈ ਕੇ ਆ। ਕਬੀਰ ਜੀ ਕਹਿੰਦੇ ਵੀ ਦੁੱਧ ਦਾ ਕੀ ਕਰਨਾ? ਰਾਮਾਨੰਦ ਕਹਿੰਦਾ ਤੈਨੂੰ ਨਹੀਂ ਪਤਾ, ਸ਼ਰਾਧ ਚੱਲ ਰਿਹਾ ਹੈ, ਆਪਾਂ ਆਪਣੇ ਪਿਤਰਾਂ ਦਾ ਸ਼ਰਾਧ ਪਾਉਣਾ। ਕਬੀਰ ਜੀ ਕਹਿੰਦੇ ਹੈਰਾਨੀ ਦੀ ਗੱਲ ਹੈ, ਤਾਂ ਗੁਰੂ ਮੇਰਾ ਪਰ ਪਖੰਡ ਕਰਦਾ, ਪਿਤਰਾਂ ਦਾ ਸ਼ਰਾਧ ਪਾਉਣ ਨੂੰ ਫਿਰਦਾ। ਕਹਿੰਦੇ ਕੋਈ ਗੱਲ ਨਹੀਂ। ਕਬੀਰ ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ ਗੁਰੂ ਜੀ, ਮੈਂ ਦੁੱਧ ਲੈ ਕੇ ਆਉਂਦਾ। ਕਬੀਰ ਜੀ ਨੇ ਸਤਸੰਗਤ ਜੀ ਜਿੱਥੇ ਦੁਨੀਆਂ ਨੂੰ ਪਖੰਡ ਚੋਂ ਕੱਢਿਆ ਨਾ, ਆਪਣੇ ਗੁਰੂ ਨੂੰ ਵੀ ਪਖੰਡ ਚੋਂ ਕੱਢਿਆ ਕਬੀਰ ਜੀ ਨੇ। ਕਹਿੰਦੇ ਕਬੀਰ ਜੀ ਚੱਲੇ ਆ ਦੁੱਧ ਲੈਣ, ਚੱਲਦੇ ਗਏ, ਅੱਗੇ ਜਾ ਕੇ ਗੇੜਾ ਗੂੜਾ ਦੇ ਕੇ ਨਾ ਇੱਕ ਖੇਤ ਦੇ ਵਿੱਚ ਗਊ ਮਰੀ ਪਈ ਹੈ। ਕਬੀਰ ਜੀ ਉਹਦੇ ਸਿਰਾਣੇ ਆ ਕੇ ਬੈਠ ਗਏ ਗਊ ਦੇ। ਰਾਮਾਨੰਦ ਦੇਖਦਾ ਵੀ ਕਬੀਰ ਆਇਆ ਹੀ ਨਹੀਂਗਾ ਦੁੱਧ ਲੈ ਕੇ, ਸ਼ਰਾਧ ਲੇਟ ਹੁੰਦਾ, ਪਿੱਤਰ ਨਾਰਾਜ਼ ਹੋਈ ਜਾਂਦੇ ਆ ਉੱਪਰ, ਵੀ ਪਿੱਤਰ ਸਾਡੇ ਭੁੱਖੇ ਮਰਦੇ ਆ, ਉੱਪਰ ਸ਼ਰਾਧ ਲੇਟ ਹੋਈ ਜਾਂਦਾ, ਕਬੀਰ ਆਇਆ ਨਹੀਂ। ਤਾਂ ਚੇਲਿਆਂ ਨੂੰ ਕਿਹਾ ਵੀ ਦੇਖੋ ਕਬੀਰ ਨੂੰ। ਰਾਮਾਨੰਦ ਕਹਿੰਦੇ ਮੈਂ ਖੁਦ ਦੇਖਦਾ ਜਾ ਕੇ ਵੀ ਕਬੀਰ ਕਿੱਧਰ ਲੰਘ ਗਿਆ, ਦੁੱਧ ਲੈਣ ਭੇਜਿਆ ਸੀ, ਦੁੱਧ ਲੈ ਕੇ ਨਹੀਂ ਆਇਆ। ਜਦੋਂ ਰਾਮਾਨੰਦ ਜੀ ਘੁੰਮਦੇ ਘੁੰਮਾਉਂਦੇ ਕਬੀਰ ਜੀ ਲਵੇ ਆਏ, ਤਾਂ ਕਬੀਰ ਜੀ ਇੱਕ ਮਰੀ ਹੋਈ ਗਊ ਦੇ ਸਿਰਾਣੇ ਬੈਠੇ ਆ, ਗੜਵਾ ਰੱਖਿਆ ਸਿਰਾਣੇ ਬੈਠੇ ਆ। ਤਾਂ ਰਾਮਾਨੰਦ ਦੇਖ ਕੇ ਹੈਰਾਨ, ਕਹਿੰਦਾ ਕਬੀਰ ਉਹ ਤੈਨੂੰ ਦੁੱਧ ਲੈਣ ਭੇਜਿਆ, ਤੂੰ ਮਰੀ ਹੋਈ ਗਊ ਦੇ ਸਿਰਾਣੇ ਕੀ ਕਰਦਾ? ਤਾਂ ਕਬੀਰ ਸਾਹਿਬ ਕਹਿੰਦੇ ਗੁਰੂ ਜੀ ਮੈਂ ਦੁੱਧ ਦਾ ਹੀ ਪ੍ਰਬੰਧ ਕਰ ਰਿਹਾ ਗਾ, ਮੈਂ ਦੁੱਧ ਲੈਣ ਵਾਸਤੇ ਹੀ ਬੈਠਾ ਇੱਥੇ। ਰਾਮਾਨੰਦ ਕਹਿੰਦਾ ਕਬੀਰ ਜਮੀ ਬੋਲਾ ਹੋ ਗਿਆ, ਤੂੰ ਤਾਂ ਜਮੀ ਬਾਬਰਾ ਹੋ ਗਿਆ, ਤੈਨੂੰ ਪਤਾ ਨਹੀਂ ਮਰੀ ਹੋਈ ਗਊ ਹੈ, ਇੱਥੇ ਦੁੱਧ ਕਿਵੇਂ ਮਿਲੂਗਾ? ਕਬੀਰ ਸਾਹਿਬ ਕਹਿੰਦੇ ਜੀ ਮੈਂ ਇਹ ਮਰੀ ਹੋਈ ਗਊ ਨੂੰ ਘਾਹ ਪੁੱਟ ਕੇ ਪਾਇਆ, ਇਹ ਘਾਹ ਖਾਊਗੀ, ਦੁੱਧ ਦੇਊਗੀ। ਰਾਮਾਨੰਦ ਕਹਿੰਦਾ ਕਬੀਰ ਮਾੜੀ ਮੋਟੀ ਅਕਲ ਕਰ, ਉਹ ਮਰੀ ਹੋਈ ਗਊ ਕਦੇ ਘਾਹ ਨਹੀਂ ਖਾਂਦੀ, ਮਰੀ ਹੋਈ ਗਊ ਕਦੇ ਘਾਹ ਨਹੀਂ ਖਾਂਦੀ। ਕਬੀਰ ਸਾਹਿਬ ਕਹਿੰਦੇ ਇਕੱਲੇ ਮਰੀ ਹੈ ਜੀ, ਤਾਂ ਫਿਰ ਵੀ ਕਹਿੰਦੇ ਜੇ ਕੱਲ ਮਰੀ ਹੈ ਜੇ ਹੁਣ ਮਰੀ ਹੈ, ਮਰੀ ਹੋਈ ਗਊ ਕਦੇ ਘਾਹ ਨਹੀਂ ਖਾ ਸਕਦੀ, ਦੁੱਧ ਕਿਵੇਂ ਦੇਊਗੀ? ਤਾਂ ਸਤਸੰਗਤ ਜੀ ਕਬੀਰ ਸਾਹਿਬ ਆਪਣੇ ਗੁਰੂ ਨੂੰ ਕਹਿਣ ਲੱਗੇ, ਕਹਿੰਦੇ ਗੁਰੂ ਜੀ ਮੈਂ ਵੀ ਤੁਹਾਨੂੰ ਇਹੀ ਸਮਝਾਉਣਾ ਕਰਦਾ
ਕਿ ਜੇ ਕੱਲ ਮਰੀ ਹੋਈ ਗਊ ਅੱਜ ਘਾਹ ਨਹੀਂ ਖਾ ਸਕਦੀ, ਤੁਹਾਡੇ ਲੱਖਾਂ ਸਾਲ ਮਰੇ ਹੋਏ ਪਿੱਤਰ ਖੀਰ ਕਿਵੇਂ ਖਾਣਗੇ? ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਤੁਹਾਡੇ ਇੰਨਾ ਚਿਰ ਪਹਿਲਾਂ ਪਿੱਤਰ ਮਰ ਗਏ ਉਹ ਖੀਰ ਕਿਵੇਂ ਖਾਣਗੇ ਜਦੋਂ ਕੱਲ ਮਰੀ ਹੋਈ ਗਊ ਘਾਹ ਨਹੀਂ ਖਾ ਸਕਦੀ? ਅਸੀਂ ਫਿਰ ਵੀ ਤੁਰੇ ਜਾਂਦੇ ਹਾਂ ਮਗਰੇ ਲੱਗੇ।